ਮਨਮੁਖ ਫਿਰੇ ਨਾ ਚੇਤ ਹੈ ਮੂੜੇ। ਮਨਮੁਖ ਲੋਕ 84 ਲੱਖ ਜੂਨ ਚ ਤੁਰੇ ਫਿਰਦੇ ਹੈ, ਉਹ ਮੂਰਖ ਐਸੇ ਪਰਮੇਸ਼ਰ ਨੂੰ ਕਾ ਚੇਤੇ ਨਹੀਂ ਕਰਦੇ, ਐਸੇ ਬਸਮਝ ਹਨ। ਲੱਖ 84 ਹੀ ਫੇਰ ਪਾਇਆ, ਇਸ ਕਰਕੇ ਉਹਨਾਂ ਨੂੰ ਇਹ ਦੰਡ ਮਿਲਿਆ, 84 ਲੱਖ ਜੂਨ ਦਾ ਫੇਰਾ ਪੈ ਗਿਆ। ਆਓ ਤੇ ਜਾਓ, ਮਨੁੱਖਾ ਜਨਮ ਜਿਹੜਾ ਹੈ ਅਦਪੰਦੇ ਹੈ, ਸੰਸਾਰ ਅੱਧ ਵਿਚਾਲੇ ਹੈ, ਚਾਹੇ ਵਾਹਿਗੁਰੂ ਵੱਲ ਚਲਿਆ ਜਾਏ ਚਾਹੇ 84 ਲੱਖ ਜੂਨ ਨੂੰ ਭੋਗੇ। ਇਹ ਦੇਰੀ ਦੀ ਨਿਆਈ ਹੈ ਜਿਹੜਾ ਮਨੁੱਖਾ ਜਨਮ ਹੈ, ਇਹਦੇ ਵਿੱਚ ਪੈ ਕੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਭਜਨ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਉਹ 84 ਲੱਖ ਦੇ ਫੇਰੇ ਚ ਪੈ ਗਿਆ ਹੈ। ਮੰਮੈ ਮੋਹ ਮਰਨ ਮਦ ਸੂਦਨ, ਵਗੈਰਾ ਕਹਿੰਦੇ ਹੈ ਮੋਹ ਮਰਨ ਮਦ ਸੂਦਨ। ਇਹ ਮੋਹਿਆ ਹੋਇਆ ਵਾਹਿਗੁਰੂ ਵੱਲੋਂ ਮਾਰੀ ਗਿਆ, ਮੋਹ ਨੇ ਇਹਨੂੰ ਮਾਰਨਾ ਹੀ ਕੀਤਾ, ਐਸਾ ਪੁਰਖ ਹੈ। ਮੰਮੀ ਅੱਖਾਂ ਦੁਆਰਾ ਕਹਿੰਦੇ ਮੋਹਨ ਤਾਂ ਮਾਰ ਹੀ ਲਿਆ ਇਸ ਨੂੰ, ਇੰਨਾ ਮੋਹ ਚਿੰਬੜਿਆ ਰਹਿੰਦਾ, ਕਦੇ ਛੱਡਦਾ ਹੀ ਨਹੀਂ ਮੋਹ ਨੂੰ। ਅਗਲੇ ਪਿਛਲੇ ਰੋਂਦੇ ਹੋਣਗੇ, ਮੁਕਾਣਾ ਜਾਂਦੇ ਹੋਣਗੇ, ਇੱਥੇ ਨਵੇਂ ਹੋਰ ਟੱਬਰ ਸਹੇੜ ਕੇ ਬੈਠ ਗਿਆ, ਇੰਨਾ ਮੋਹ ਚ ਮਰ ਗਿਆ ਪਰਮੇਸ਼ਰ ਵੱਲੋਂ। ਮਰਨ ਪਿਆ ਤਬ ਚੇਤ ਵਿਆ, ਮਰ ਸੂਦਨ, ਮਰਨ ਪਿਆ ਤਬ ਚੇਤ ਵਿਆ, ਮੰਮਾ ਮੋਹ ਮਰਨ ਮਰ ਸੂਦਨ। ਮੰਮੀ ਅੱਖਰ ਦੁਆਰਾ ਕਹਿੰਦੇ ਹਨ ਮੋਹ ਵਿੱਚ ਮਰ ਹੀ ਗਿਆ, ਦੋ ਚੀਜ਼ਾਂ ਇਹਨੂੰ ਭੁੱਲ ਗਈਆਂ ਮੰਮੀ ਅੱਖਰ ਦੁਆਰਾ। ਮੰਮੀ ਅੱਖਰ ਦਾ ਇੱਕ ਤਾਂ ਮਰਨਾ ਭੁੱਲ ਗਿਆ, ਇੱਕ ਮਰ ਸੂਦਨ, ਮਧੂ ਦਹਿ ਤੂੰ ਸੂਦਨ ਕੱਟਣ ਵਾਲਾ ਜੋ ਪਰਮੇਸ਼ਰ ਹੈ ਉਹ ਭੁੱਲ ਗਿਆ ਹੈ। ਇਹ ਦੋਵੇਂ ਗੱਲਾਂ ਪਰਮੇਸ਼ਰ ਨੂੰ ਵੀ ਭੁੱਲ ਗਿਆ ਤੇ ਮੌਤ ਨੂੰ ਵੀ ਭੁੱਲ ਗਿਆ, ਐਸਾ ਮੋਹ ਨੂੰ ਮਾਰ ਲਿਆ ਪਰਮਾਰਥ ਵੱਲੋਂ। ਮਰਨ ਭਇਆ ਤਬ ਚੇਤ ਵਿਆ, ਜਦੋਂ ਮਰਨਾ ਹੋਊ ਫੇਰ ਚੇਤਿਆ ਜਾਊ ਤੈਥੋਂ। ਕਹਿੰਦੇ ਉਦੋਂ ਕੀ ਚੇਤ ਲਿਆ ਜਾਣਾ, ਉਦੋਂ ਤੂੰ ਕਿਵੇਂ ਚੇਤ ਬਲਵੇਂਗਾ ਜੋ ਤੂੰ ਹੁਣ ਨੀ ਜਿਉਂਦਾ ਜਾਗਦਾ ਚੇਤੇ ਕਰਦਾ। ਉਦੋਂ ਮਰਨਾ ਜਦੋਂ ਭਇਆ ਤਬ ਚੇਤ ਵਿਆ, ਉਦੋਂ ਤੇਰਾ ਚੇਤੇ ਹੋਇਆ ਕੀਤਾ ਕੀ ਫਲ ਰੱਖੂਗਾ। ਉਸ ਵੇਲੇ ਜੰਮ ਕਹਿਣਗੇ ਕਿਹੜਾ ਇਹ ਜੰਮਣ ਨਾਲੇ, ਜਦੋਂ ਤੇਰਾ ਘੋਲ ਨੂੰ ਵੱਜ ਗਿਆ ਉਦੋਂ ਤਾਂ ਸਿਮਰਨੀ ਤੇਥੋਂ ਹੋਣਾ। ਤੇ ਉਸ ਵੇਲੇ ਜਗਲਗ ਜੋ ਜਰਾ ਰੋਗ ਨੀ ਆਇਆ, ਜਗਲਗ ਕਾਲ ਰਸੀ ਨੀ ਕਾਇਆ, ਜਗਲਗ ਬਿਲਕੁਲ ਭਈ ਨੀ ਬਾਨੀ, ਭਜਦੇ ਰਹੇ ਮਨ ਸਾਰ ਰੂਪਾ ਨੀ। ਜਿੰਨਾ ਚਿਰ ਕੰਠ ਨੀ ਰੁਕਿਆ, ਬਾਣੀ ਨੀ ਰੁਕੀ, ਵਿਆਕਲ ਨੀ ਹੋਈ, ਉਹਨਾਂ ਚਿਰ ਪਰਮੇਸ਼ਰ ਦਾ ਭਜਨ ਕਰ ਲਾ ਵਿਆ ਹੈ, ਫੇਰ ਨੀ ਮਰਨ ਤੇ ਆਤਮ ਚੇਤ ਵਿਆ। ਜਦੋਂ ਮਰਨਾ ਹੋ ਗਿਆ ਉਦੋਂ ਚੇਤਿਆ ਜਾਏਗਾ, ਭਾਵ ਨਹੀਂ ਚੇਤਿਆ ਜਾਏਗਾ, ਹੁਣੇ ਵੇਲਾ ਹੈ ਪਰਮੇਸ਼ਰ ਦੇ ਚੇਤੇ ਕਰਨ ਦਾ। ਪਾਇਆ ਪੀਤਰ ਅਵਰੂ ਪੜਿਆ, ਜਦੋਂ ਮਰਨਾ ਹੋਇਆ ਉਦੋਂ ਚੇਤਿਆ ਹੋਇਆ ਤੇਰਾ ਕੀ ਫਲ ਹੋਊ। ਲੋਕ ਪੇੜਾਂ ਚ ਦਾਣੇ ਕੱਢਣ ਲੱਗ ਜਾਣ ਤੇ ਤੂੰ ਬੀਜਣ ਨੂੰ ਤੁਰ ਪਵੇ, ਫਿਰ ਉਸ ਵੇਲੇ ਕੀ ਬੀਜਿਆ ਜੂ, ਚੇਤਿਆ ਜਾਊ ਨਹੀਂ ਚੇਤੇ ਹੋਣਾ ਤੇਰੇ ਪਾਸੋਂ। ਕਾਇਆ ਪੀਤਰ ਅਵਰੂ ਪੜਿਆ, ਇਹ ਕਾਇਆ ਪੀਤਰ ਅਵਰੂ ਪੜਿਆ। ਹੁਣ ਭਾਈ ਇਹ ਕਾਇਆ ਜਿਹੜੀ ਦੇਹ ਹੈ ਇਹਦੇ ਅੰਦਰ ਅਵਰ ਸੁਭਾਵਾਂ ਵਿੱਚ ਹੀ ਅਵਰਨ ਕਰਕੇ ਪੈ ਰਿਹਾ ਹੈ। ਕਦੇ ਤੂੰ ਕਾਮ ਚ, ਕਦੇ ਕ੍ਰੋਧ ਚ, ਕਦੇ ਲੋਭ ਚ, ਕਦੇ ਮੋਹ ਚ, ਇਉਂ ਅਵਰਨ ਤੇਰੇ ਅੰਦਰ ਪੈ ਗਿਆ, ਅਵਰਨ ਦਾ ਪੜਦਾ। ਉਸ ਅਵਰਨ ਦੇ ਪੜਦੇ ਚ ਅਵਰ ਹੋਰ ਨਾ ਭੋਗਾਂ ਵਿੱਚ ਹੀ, ਸਭ ਸਪਰਸ਼ ਰੂਪ ਸੰਬੰਧ ਵਿੱਚ ਹੀ ਅਵਰਨ ਵਿੱਚ ਪੈ ਗਿਆ, ਹੋਰ ਨਾ ਜੂਨਾਂ ਚ ਫਿਰ ਪੈ ਗਿਆ। ਇਹ ਮਨੁੱਖਾਂ ਦੇ ਜਦੋਂ ਨਿਕਲ ਚੋਂ ਨਿਕਲ ਗਿਆ, ਮੰਮਾ ਅੱਖਰ ਵਿਸਰਿਆ, ਤੇਜਲੂਕਨ ਮੰਮਾ ਅੱਖਰ ਮੋਹ ਤੇ ਮੋਹ ਦੇ ਵਿੱਚ ਮੋਹੇ ਨੂੰ ਮਰਨਾ ਤੇ ਮਰਸੂਦਨ, ਇਹ ਦੋਵੇਂ ਅੱਖਰ ਭੁੱਲ ਗਏ। ਮੰਮਾ ਅੱਖਰ ਮੰਗ ਤੋਂ ਮਰਨਾ ਤੇ ਮਾਂ ਚੋਂ ਮਰਸੂਦਨ, ਇਹ ਭੁੱਲ ਗਿਆ ਹੈ ਤੈਨੂੰ ਪਰਮੇਸ਼ਰ। ਅੱਖਰ ਖਰਮ ਤੋਂ ਰਹਿ ਜੋ ਪਰਮੇਸ਼ਰ ਹੈ, ਉਹ ਮੰਮਾ ਅੱਖਰ ਹੈ, ਭੁੱਲ ਗਿਆ ਤੈਨੂੰ।